ਪੰਜਾਬ ਦੇ ਲੋਕਾਂ ਨੇ ਇੱਕ ਮੈਂਡੇਟ ਦਿੱਤਾ ਹੈ, ਇੱਕ ਪੰਜਾਬ ਦੇ 3.5 ਕਰੋੜ ਲੋਕਾਂ ਦੇ ਮੈਂਡੇਟ ਤੋਂ ਬਾਅਦ ਜ਼ਿੰਮੇਵਾਰੀ ਮਿਲੀ ਹੈ। ਬੀਂਗ ਏ ਸਟੇਟ ਹੈੱਡ ਮੇਰਾ ਫਰਜ਼ ਬਣਦਾ ਕਿ ਪਰਿਵਾਰ ਦੇ ਹਰ ਇੱਕ ਵਰਗ ਨੂੰ ਖੁਸ਼ ਰੱਖੀਏ, ਉਹਨਾਂ ਦੀਆਂ ਤਰੱਕੀਆਂ 'ਚ ਯੋਗਦਾਨ ਪਾਈਏ, ਜਿਹੜੇ ਸਟੂਡੈਂਟ ਨੇ ਉਹਨਾਂ ਨੂੰ ਪੜ੍ਹਨ ਦਾ ਮਾਹੌਲ ਦੇਈਏ, ਜਿਹੜੇ ਪੜ੍ਹ ਚੁੱਕੇ ਨੇ ਉਹਨਾਂ ਨੂੰ ਡਿਗਰੀਆਂ ਮੁਤਾਬਕ ਰੋਜ਼ਗਾਰ ਦੇਈਏ, ਔਰ ਜਿਨ੍ਹਾਂ ਨੂੰ ਰੋਜ਼ਗਾਰ ਮਿਲ ਚੁੱਕਿਆ ਨੌਕਰੀਆਂ, ਉਹਨਾਂ ਦੀਆਂ ਨੌਕਰੀਆਂ ਨੂੰ ਹੋਰ ਵੱਡਾ ਕਰਨ ਦਾ ਇੱਕ ਮਾਹੌਲ ਸਿਰਜੀਏ। ਜਿਵੇਂ ਕਿ ਅਸੀਂ ਫੈਸਲਾ ਕੀਤਾ ਹੈ ਕਿ ਪੰਜਾਬ ਦੇ ਵਿੱਚ ਅਸੀਂ ਘੱਟੋ ਘੱਟ 8 UPSC ਸੈਂਟਰ ਖੋਲ੍ਹਾਂਗੇ, ਜਿੱਥੇ ਫ੍ਰੀ ਦੇ ਵਿੱਚ ਸਾਰਿਆਂ ਨੂੰ ਕੋਚਿੰਗ ਜਿਹੜੀ ਹੈ ਉਹ UPSC ਦੀ ਮਿਲੂਗੀ, ਤਾਂ ਕਿ ਪੜ੍ਹਦੇ ਪੜ੍ਹਦੇ ਨਾਲ IPS, ਨਾਲ IAS, ਨਾਲ IRS ਉਹ ਵੀ ਤੁਸੀਂ ਕਿਤਾਬਾਂ ਪੜ੍ਹਦੇ ਪੜ੍ਹਦੇ ਆਪਣੀਆਂ ਤਰੱਕੀਆਂ ਕਰੋ। ਮੈਂ ਜਦੋਂ ਵੀ ਇੱਥੇ ਆਉਣਾ, ਬਹੁਤ ਵਾਰੀ ਆਉਣਾ, ਮੈਂ ਹਰ ਹਫ਼ਤੇ ਆਉਣਾ, ਬਲਕਿ ਕੱਲ੍ਹ ਵੀ ਆਇਆ ਸੀ ਇੱਥੇ, ਮੈਂ ਕੱਲ੍ਹ ਵੀ 540 ਜਿਹੜੇ ਵੱਖ ਵੱਖ ਡਿਪਾਰਟਮੈਂਟਾਂ ਦੇ ਨੌਜਵਾਨਾਂ ਨੂੰ ਨੌਕਰੀ ਮਿਲੀ ਹੈ। ਮੈਂ ਇਹੀ ਗੱਲ ਕਹਿਣਾ ਹੁੰਦਾ ਕਿ ਇੱਕ ਤੁਹਾਡੀ ਪਹਿਲੀ ਨੌਕਰੀ ਨਹੀਂ ਅਤੇ ਨਾ ਆਖਰੀ ਹੈ, ਇਸ ਨੌਕਰੀ ਨੂੰ ਇੱਕ ਪੌੜੀ ਬਣਾਓ, ਉੱਪਰ ਜਾਣਾ ਹੋਰ ਹੈ ਜੀ ਬਹੁਤ ਜ਼ਿਆਦਾ, ਔਰ ਮਿਹਨਤ ਸਭ ਤੋਂ ਸ਼ਾਰਟਕੱਟ ਰਸਤਾ ਹੈ। ਕਈ ਬੰਦੇ ਹੋਰ ਸ਼ਾਰਟਕੱਟ ਮਾਰਨ ਦੀ ਕੋਸ਼ਿਸ਼ ਕਰਦੇ ਆ, ਸਿਫਾਰਿਸ਼ਾਂ ਵਾਲਾ ਜਾਂ ਰਿਸ਼ਵਤਾਂ ਵਾਲਾ, ਉਹ ਨਹੀਂ ਜਾਂਦਾ ਕਿਤੇ, ਉਹ ਕਿਤੇ ਨਾ ਕਿਤੇ ਜਾ ਕੇ ਡੈਡ ਐਂਡ ਆ ਜਾਂਦਾ, ਉਹਦਾ ਫਿਰ ਫਸ ਜਾਂਦੇ ਹੋ ਵੀ ਕਿੱਧਰ ਜਾਈਏ ਹੁਣ। ਮਿਹਨਤ ਵਾਲਾ ਰਸਤਾ ਹਮੇਸ਼ਾ ਕਿਤੇ ਨਾ ਕਿਤੇ ਜਾ ਕੇ GT ਰੋਡ 'ਤੇ ਨਿਕਲਦੇ ਨਿਕਲਦਾ। ਸੋ ਪੰਜਾਬ ਪੁਲਿਸ ਦਾ ਖਾਸ ਤੌਰ 'ਤੇ ਨਵੀਨੀਕਰਨ, ਪੰਜਾਬ ਪੁਲਿਸ ਨੂੰ ਅਪਡੇਟ ਰੱਖਣ ਲਈ ਕੋਈ ਬਜਟ ਦੀ ਕਮੀ ਨਹੀਂ। ਪਹਿਲੀ ਵਾਰ ਹੋਇਆ ਕਿ ਪੰਜਾਬ ਪੁਲਿਸ ਨੂੰ ਨਵੀਆਂ ਬ੍ਰੈਂਡ ਨਿਊ ਲੇਟੈਸਟ ਗੱਡੀਆਂ, ਮੋਟਰਸਾਈਕਲ, ਕੰਪਿਊਟਰ ਦਾ ਅਪਡੇਟ ਜਿਹੜਾ, ਔਰ IA ਨਾਲ ਲੈ ਕੇ ਆ ਰਹੇ ਹਾਂ, ਆਰਟੀਫਿਸ਼ਲ ਇੰਟੈਲੀਜੈਂਸ ਨਾਲ ਆਊਗੀ ਬਹੁਤ ਜ਼ਿਆਦਾ, ਕਿਉਂਕਿ ਜਿਨ੍ਹਾਂ ਦਾ ਤੁਹਾਡੇ ਨਾਲ ਸਾਹਮਣਾ ਹੋਊਗਾ ਜਾਂ ਸਾਹਮਣਾ ਹੁੰਦਾ ਹਰ ਰੋਜ਼, ਜੋ ਕ੍ਰਿਮੀਨਲਸ, ਉਹ ਅਪਡੇਟ ਹੋਏ ਹੋਏ ਨੇ। ਪੰਜਾਬ ਪੁਲਿਸ ਉਹਨਾਂ ਤੋਂ ਪਿੱਛੇ ਨਾ ਰਹੇ, ਪੰਜਾਬ ਪੁਲਿਸ ਉਹਨਾਂ ਤੋਂ 2 ਕਦਮ ਅੱਗੇ ਹੋਣੀ ਚਾਹੀਦੀ, ਇਨਵੈਸਟੀਗੇਸ਼ਨ 'ਚ ਵੀ, ਉਹਨਾਂ ਦੀ ਟਰੇਸਿੰਗ ਦੇ ਵਿੱਚ ਵੀ, ਔਰ ਜਦੋਂ ਕੋਈ ਸਾਹਮਣਾ ਹੋ ਜਾਵੇ ਕੋਈ ਇਹੋ ਜਿਹੇ ਅਨਸਰਾਂ ਦਾ, ਤਾਂ ਬਹਾਦਰੀ ਨਾਲ ਲੜਨ ਦੇ ਵਿੱਚ ਵੀ। ਪੰਜਾਬ ਦੇ ਲੋਕਾਂ ਨੇ ਇੱਕ ਮੈਂਡੇਟ ਦਿੱਤਾ ਹੈ, ਇੱਕ ਪੰਜਾਬ ਦੇ 3.5 ਕਰੋੜ ਲੋਕਾਂ ਦੇ ਮੈਂਡੇਟ ਤੋਂ ਬਾਅਦ ਜ਼ਿੰਮੇਵਾਰੀ ਮਿਲੀ ਹੈ। ਬੀਂਗ ਏ ਸਟੇਟ ਹੈੱਡ ਮੇਰਾ ਫਰਜ਼ ਬਣਦਾ ਕਿ ਪਰਿਵਾਰ ਦੇ ਹਰ ਇੱਕ ਵਰਗ ਨੂੰ ਖੁਸ਼ ਰੱਖੀਏ, ਉਹਨਾਂ ਦੀਆਂ ਤਰੱਕੀਆਂ 'ਚ ਯੋਗਦਾਨ ਪਾਈਏ, ਜਿਹੜੇ ਸਟੂਡੈਂਟ ਨੇ ਉਹਨਾਂ ਨੂੰ ਪੜ੍ਹਨ ਦਾ ਮਾਹੌਲ ਦੇਈਏ, ਜਿਹੜੇ ਪੜ੍ਹ ਚੁੱਕੇ ਨੇ ਉਹਨਾਂ ਨੂੰ ਡਿਗਰੀਆਂ ਮੁਤਾਬਕ ਰੋਜ਼ਗਾਰ ਦੇਈਏ, ਔਰ ਜਿਨ੍ਹਾਂ ਨੂੰ ਰੋਜ਼ਗਾਰ ਮਿਲ ਚੁੱਕਿਆ ਨੌਕਰੀਆਂ, ਉਹਨਾਂ ਦੀਆਂ ਨੌਕਰੀਆਂ ਨੂੰ ਹੋਰ ਵੱਡਾ ਕਰਨ ਦਾ ਇੱਕ ਮਾਹੌਲ ਸਿਰਜੀਏ। ਜਿਵੇਂ ਕਿ ਅਸੀਂ ਫੈਸਲਾ ਕੀਤਾ ਹੈ ਕਿ ਪੰਜਾਬ ਦੇ ਵਿੱਚ ਅਸੀਂ ਘੱਟੋ ਘੱਟ 8 UPSC ਸੈਂਟਰ ਖੋਲ੍ਹਾਂਗੇ, ਜਿੱਥੇ ਫ੍ਰੀ ਦੇ ਵਿੱਚ ਸਾਰਿਆਂ ਨੂੰ ਕੋਚਿੰਗ ਜਿਹੜੀ ਹੈ ਉਹ UPSC ਦੀ ਮਿਲੂਗੀ, ਤਾਂ ਕਿ ਪੜ੍ਹਦੇ ਪੜ੍ਹਦੇ ਨਾਲ IPS, ਨਾਲ IAS, ਨਾਲ IRS ਉਹ ਵੀ ਤੁਸੀਂ ਕਿਤਾਬਾਂ ਪੜ੍ਹਦੇ ਪੜ੍ਹਦੇ ਆਪਣੀਆਂ ਤਰੱਕੀਆਂ ਕਰੋ। ਮੈਂ ਜਦੋਂ ਵੀ ਇੱਥੇ ਆਉਣਾ, ਬਹੁਤ ਵਾਰੀ ਆਉਣਾ, ਮੈਂ ਹਰ ਹਫ਼ਤੇ ਆਉਣਾ, ਬਲਕਿ ਕੱਲ੍ਹ ਵੀ ਆਇਆ ਸੀ ਇੱਥੇ, ਮੈਂ ਕੱਲ੍ਹ ਵੀ 540 ਜਿਹੜੇ
ਵੱਖ ਵੱਖ ਡਿਪਾਰਟਮੈਂਟਾਂ ਦੇ ਨੌਜਵਾਨਾਂ ਨੂੰ ਨੌਕਰੀ ਮਿਲੀ ਹੈ। ਮੈਂ ਇਹੀ ਗੱਲ ਕਹਿਣਾ ਹੁੰਦਾ ਕਿ ਤੁਹਾਡੀ ਪਹਿਲੀ ਨੌਕਰੀ ਨਹੀਂ ਅਤੇ ਨਾ ਆਖਰੀ ਹੈ, ਇਸ ਨੌਕਰੀ ਨੂੰ ਇੱਕ ਪੌੜੀ ਬਣਾਓ, ਉੱਪਰ ਜਾਣਾ ਹੋਰ ਹੈ ਜੀ ਬਹੁਤ ਜ਼ਿਆਦਾ, ਔਰ ਮਿਹਨਤ ਸਭ ਤੋਂ ਸ਼ਾਰਟਕੱਟ ਰਸਤਾ ਹੈ। ਕਈ ਬੰਦੇ ਹੋਰ ਸ਼ਾਰਟਕੱਟ ਮਾਰਨ ਦੀ ਕੋਸ਼ਿਸ਼ ਕਰਦੇ ਆ, ਸਿਫਾਰਿਸ਼ਾਂ ਵਾਲਾ ਜਾਂ ਰਿਸ਼ਵਤਾਂ ਵਾਲਾ, ਉਹ ਨਹੀਂ ਜਾਂਦਾ ਕਿਤੇ, ਉਹ ਕਿਤੇ ਨਾ ਕਿਤੇ ਜਾ ਕੇ ਡੈਡ ਐਂਡ ਆ ਜਾਂਦਾ, ਉਹਦਾ ਫਿਰ ਫਸ ਜਾਂਦੇ ਹੋ ਵੀ ਕਿੱਧਰ ਜਾਈਏ ਹੁਣ। ਮਿਹਨਤ ਵਾਲਾ ਰਸਤਾ ਹਮੇਸ਼ਾ ਕਿਤੇ ਨਾ ਕਿਤੇ ਜਾ ਕੇ GT ਰੋਡ 'ਤੇ ਨਿਕਲਦਾ ਹੀ ਨਿਕਲਦਾ। ਸੋ ਪੰਜਾਬ ਪੁਲਿਸ ਦਾ ਖਾਸ ਤੌਰ 'ਤੇ ਨਵੀਨੀਕਰਨ, ਪੰਜਾਬ ਪੁਲਿਸ ਨੂੰ ਅਪਡੇਟ ਰੱਖਣ ਲਈ ਕੋਈ ਬਜਟ ਦੀ ਕਮੀ ਨਹੀਂ। ਪਹਿਲੀ ਵਾਰ ਹੋਇਆ ਕਿ ਪੰਜਾਬ ਪੁਲਿਸ ਨੂੰ ਨਵੀਆਂ ਬ੍ਰੈਂਡ ਨਿਊ ਲੇਟੈਸਟ ਗੱਡੀਆਂ, ਮੋਟਰਸਾਈਕਲ, ਕੰਪਿਊਟਰ ਦਾ ਅਪਡੇਟ ਜਿਹੜਾ ਔਰ IA ਨਾਲ ਲੈ ਕੇ ਆ ਰਹੇ ਹਾਂ, ਆਰਟੀਫਿਸ਼ਲ ਇੰਟੈਲੀਜੈਂਸ ਨਾਲ ਆਊਗੀ ਬਹੁਤ ਜ਼ਿਆਦਾ, ਕਿਉਂਕਿ ਜਿਨ੍ਹਾਂ ਦਾ ਤੁਹਾਡੇ ਨਾਲ ਸਾਹਮਣਾ ਹੋਊਗਾ ਜਾਂ ਸਾਹਮਣਾ ਹੁੰਦਾ ਹਰ ਰੋਜ਼, ਜੋ ਕ੍ਰਿਮੀਨਲਸ, ਉਹ ਅਪਡੇਟ ਹੋਏ ਹੋਏ ਨੇ। ਪੰਜਾਬ ਪੁਲਿਸ ਉਹਨਾਂ ਤੋਂ ਪਿੱਛੇ ਨਾ ਰਹੇ, ਪੰਜਾਬ ਪੁਲਿਸ ਉਹਨਾਂ ਤੋਂ 2 ਕਦਮ ਅੱਗੇ ਹੋਣੀ ਚਾਹੀਦੀ, ਇਨਵੈਸਟੀਗੇਸ਼ਨ 'ਚ ਵੀ, ਉਹਨਾਂ ਦੀ ਟਰੇਸਿੰਗ ਦੇ ਵਿੱਚ ਵੀ, ਔਰ ਜਦੋਂ ਕੋਈ ਸਾਹਮਣਾ ਹੋ ਜਾਵੇ ਕੋਈ ਇਹੋ ਜਿਹੇ ਅਨਸਰਾਂ ਦਾ, ਤਾਂ ਬਹਾਦਰੀ ਨਾਲ ਲੜਨ ਦੇ ਵਿੱਚ ਵੀ।